ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਵੇਖ ਰਹੇ ਹੋ SR TV ਅਤੇ ਮੈਂ ਤੁਹਾਡਾ ਮੇਜ਼ਬਾਨ ਸ਼ੁਜਾਤ ਰਾਣਾ। ਜਿਸ ਤਰ੍ਹਾਂ ਕਿ ਨਾਜ਼ਰੀਨ ਤੁਹਾਨੂੰ ਪਹਿਲਾਂ ਵੀ ਪਤਾ ਕਿ ਅਸੀਂ ਬਾਰਸਲੋਨਾ ਦੇ ਮੁਖਤਲਿਫ ਇਲਾਕਿਆਂ ਦੇ ਵਿੱਚ ਖੂਬਸੂਰਤ ਡਾਕੂਮੈਂਟਰੀ ਔਰ ਮਾਲੂਮਾਤੀ ਫਿਲਮਾਂ ਬਣਾ ਕੇ ਤੁਹਾਡੀ ਖਿਦਮਤ 'ਚ ਪੇਸ਼ ਕਰ ਰਹੇ ਹਾਂ। ਉਸੇ ਤਰੀਕੇ ਨਾਲ ਅੱਜ ਅਸੀਂ ਸਾਹਲੀ ਸਮੁੰਦਰ 'ਤੇ ਆ ਗਏ ਹਾਂ। ਠੰਡੀਆਂ ਹਵਾਵਾਂ ਨੇ ਜੀ ਔਰ ਬਿਹਤਰੀਨ ਲੋਕੇਸ਼ਨ ਨੇ, ਦਿਲਕਸ਼ ਨਜ਼ਾਰੇ ਨੇ ਔਰ ਇਹ ਹਵਾਵਾਂ ਦੱਸ ਰਹੀਆਂ ਨੇ ਕਿ ਇੱਥੇ ਬਾਰਿਸ਼ ਵੀ ਹੋਏਗੀ ਔਰ ਸਰਦੀਆਂ ਦਾ ਵੀ ਆਗਾਜ਼ ਦੱਸ ਰਹੀਆਂ ਨੇ। ਅਤੇ ਬਾਕੀ ਗੱਲ ਜਿਹੜੀ ਹੈ ਮੇਰੇ ਨਾਲ ਮੌਸਮ ਬਾਦ ਸਾਹਿਬ ਨੇ, ਉਹ ਤੁਹਾਨੂੰ ਦੱਸਣਗੇ ਕਿ ਇਹ ਬਾਰਸਲੋਨਾ ਦਾ ਸਾਹਲੇ ਸਮੁੰਦਰ ਕਿਨਾਰੇ ਦੇ ਅੱਜ ਲੈਣ ਦਾ ਜੇ ਛੱਲਾਂ ਵੀ ਸਾਨੂੰ ਵਹਾਤੀਆਂ ਨੇ ਜੀ। ਅਤੇ ਇਤਨਾ ਖੂਬਸੂਰਤ ਮਾਹੌਲ ਮੌਸਮ ਸਾਹਿਬ, ਸਲਾਮ ਅਲੈਕੁਮ। ਵਾਸਲਾਮ ਜੀ ਰਾਣਾ ਸਾਹਿਬ, ਅਸੀਂ ਜਿਵੇਂ ਆਪਣੇ ਨਾਜ਼ਰੀਨ ਨਾਲ ਵਾਅਦਾ ਕੀਤਾ ਹੈ ਕਿ ਤੁਹਾਨੂੰ ਅੱਛੀਆਂ ਅੱਛੀਆਂ ਜਗ੍ਹਾ ਵਹਾਵਾਂਗੇ ਜੀ ਜੀ, ਅਤੇ ਅੱਜ ਅਸੀਂ ਆਏ ਹਾਂ ਸਾਹਲ ਸਮੁੰਦਰ 'ਤੇ। ਬਿਲਕੁਲ, ਇਹਨੂੰ ਇੰਗਲਿਸ਼ 'ਚ ਬੀਚ ਆਖਦੇ ਨੇ, ਠੀਕ ਹੈ, ਅਤੇ ਸਪੈਨਿਸ਼ 'ਚ ਇਹਨੂੰ ਆਉਂਦੇ ਨੇ ਪਲਾਈਆ। ਅੱਛਾ ਜੀ, ਠੀਕ ਹੈ। ਅੱਜ ਅਸੀਂ ਪਲਾਈਆ 'ਤੇ ਮੌਜੂਦ ਹਾਂ। ਇਸ ਪਲਾਈਆ ਦਾ ਨਾਮ ਹੈ ਬਾਰਸਲੋਨੇਤਾ ਜੀ, ਠੀਕ ਹੈ ਜੀ, ਔਰ ਇਹ ਮਸ਼ਹੂਰ ਹੈ ਸਪੇਨ ਔਰ ਬਾਰਸਲੋਨਾ ਆਪਣੇ ਸਾਹਿਲ ਸਮੁੰਦਰ ਵਾਸਤੇ। ਅੱਛਾ ਜੀ, ਅਗਰ ਤੁਸੀਂ ਬਾਰਸਲੋਨਾ ਦੇ ਵਿੱਚ ਹੋ, ਸ਼ਹਿਰ ਵਿੱਚ ਹੋ ਤਾਂ ਵੀ, ਅਗਰ ਸ਼ਹਿਰ 'ਚੋਂ ਬਾਹਰ ਗਏ ਹੋ, ਇਹਨਾਂ ਦੇ ਕਿਸੇ ਗਾਉਂ 'ਚ ਗਏ ਹੋ, ਪਿੰਡ 'ਚ ਗਏ ਹੋ, ਦਿਹਾਤ 'ਚ ਗਏ ਹੋ, ਜਿਹੜੇ ਸਾਹਿਲ ਸਮੁੰਦਰ ਦੇ ਨਾਲ ਨਾਲ ਨੇ ਜੀ ਜੀ, ਤਾਂ ਤੁਹਾਨੂੰ ਕਿਆ ਕਮਾਲ ਕਿਸਮ ਦੇ ਨਜ਼ਾਰੇ ਜਿਹੜੇ ਨੇ ਵੇਖਣ ਨੂੰ ਮਿਲਣਗੇ ਜੀ ਜੀ। ਅਤੇ ਅੱਜ ਜਿਹੜਾ ਅਸੀਂ ਬੀਚ 'ਤੇ ਮੌਜੂਦ ਹਾਂ, ਸਾਹਿਲ 'ਤੇ ਜਾਂ ਪਲਾਈਆ 'ਤੇ ਮੌਜੂਦ ਹਾਂ, ਇਹਦਾ ਨਾਮ ਹੈ ਬਾਰਸਲੋਨੇਤਾ, ਇਹ ਬਿਲਕੁਲ ਬਾਰਸਲੋਨਾ ਸ਼ਹਿਰ ਦੇ ਨਾਲ ਮੌਜੂਦ। ਤੇ ਮੌਸਮ ਸਾਹਿਬ, ਅੱਜ ਕੋਈ ਸ਼ੇਰ ਹੋ ਜੇ ਜ਼ਰਾ, ਕੋਈ ਸ਼ੇਰ ਨਜ਼ਾਰੇ ਦੇ ਫੌਰਨ ਮੇਰੇ ਜ਼ਿਹਨ 'ਚ ਆ ਰਿਹਾ ਜੀ, ਉਹ ਤੇ ਇਹ ਹੀ ਅਮਜਦ ਇਸਲਾਮ ਅਮਜਦ ਮਰਹੂਮ ਮਕਫੂਰ ਸਾਹਿਬ ਦਾ, ਵਾਹ ਵਾਹ, ਕਿ ਮੈਂ ਤੇਰੇ ਸੰਗ ਕੈਸੇ ਚਲੂੰ ਸਾਜਨਾ, ਆਹਾ ਤੂੰ ਸਮੁੰਦਰ ਹੈ ਮੈਂ ਸਾਹਿਲੋਂ ਕੀ ਹਵਾ। ਯੇ ਬਾਤ, ਕਿ ਹਵਾ ਵੀ ਠੰਡੀ ਚੱਲ ਰਹੀ ਹੈ, ਸਮੁੰਦਰ ਵੀ ਮੌਜੂਦ ਹੈ, ਤੇ ਚੰਨ ਵੀ ਪਿੱਛੇ ਪੂਰੇ ਆਬੋਤਾਬ ਨਾਲ ਮੌਜੂਦ ਮੌਜੂਦ ਹੈ ਮੌਜੂਦ ਤੇ ਕਿਆ ਖੂਬਸੂਰਤ ਨਜ਼ਾਰੇ ਨੇ। ਇਹ ਛੱਲਾਂ ਵੀ ਤੁਸੀਂ ਸਾਨੂੰ ਵਹਾਈਆਂ ਨੇ, ਉਹ ਨਹਾ ਵੀ ਰਹੇ ਨੇ ਲੋਕ ਜਾ ਜਾ, ਔਰ ਜਿਹੜਾ ਕਿ ਇੱਥੇ ਅਮਰੀਕਾ ਦਾ ਇੱਕ ਮੇਲਾ ਲੱਗ ਰਿਹਾ, ਉਹਦੇ ਦੀ ਤਿਆਰੀ ਵੀ ਉਹ ਅਜਾ, ਇੱਥੇ ਹੁਣ ਵੀ ਉਹ ਕੁਝ ਲੋਕ ਮੌਜੂਦ ਸਨ ਜਿਹੜੇ ਤੁਹਾਨੂੰ ਸ਼ਾਰਟਸ ਵਿੱਚ ਵਹਾਂਗੇ ਜੀ ਜੀ, ਔਰ ਰੋਇੰਗ ਦੀ ਜਿਹੜੀ ਹੈ ਕਸ਼ਤੀ ਰਾਨੀ ਦੀ ਕੋਈ ਉੱਥੇ ਪ੍ਰੈਕਟਿਸ ਵੀ ਕਰ ਰਹੇ ਸੀ, ਪ੍ਰੈਕਟਿਸ ਵੀ ਕਰ ਰਹੇ ਸੀ। ਅਸਲ 'ਚ ਨਾਣਾ ਇਹ ਇੰਜੋਇਮੈਂਟ ਹੀ ਹੈ, ਇਨਸਾਨ ਜਦੋਂ ਵੀ ਇਨਸਾਨ ਦੀ ਨੇਚਰ ਵਿੱਚ ਹੈ ਕਿ ਉਹ ਕੁਦਰਤ ਦੇ ਕਰੀਬ ਰਹਿਣਾ ਚਾਹੁੰਦਾ, ਵਾਹ ਵਾਹ, ਕੁਦਰਤ ਨੂੰ ਕਰੀਬ ਤੋਂ ਵੇਖਣਾ ਚਾਹੁੰਦਾ। ਬਿਲਕੁਲ, ਔਰ ਸਮੁੰਦਰ ਇੱਕ ਐਸੀ ਚੀਜ਼ ਹੈ ਕਿ ਜਿਹੜੀ ਹੈਰਾਨਕੁਨ ਹੈ, ਹੈਰਾਨਕੁਨ, ਔਰ ਇਸ ਵਾਸਤੇ ਇਨਸਾਨ ਦੇ ਕਰੀਬ ਆ ਕੇ ਇਹਦਾ ਨਜ਼ਾਰਾ ਲੈਣਾ ਚਾਹੁੰਦਾ ਕਿ ਅੱਲਾਹ ਪਾਕ ਦੀ ਕੈਸੀ ਤਖਲੀਕ ਹੈ, ਵਾਹ, ਅੱਲਾਹ ਨੇ ਕਿਸ ਤਰ੍ਹਾਂ ਇਹਨੂੰ ਸਹਾਰਾ ਦਿੱਤਾ, ਇਹਨੂੰ ਕਿਸ ਤਰ੍ਹਾਂ ਇਸ ਤਰ੍ਹਾਂ ਮੌਜੂਦ ਹੈ, ਆਪਣੀ ਮੌਜੂਦਗੀ ਇਹਨੂੰ ਦਿੱਤੀ ਹੈ, ਅਤੇ ਲੋਕ ਇੱਥੇ ਆ ਕੇ ਨਹਾਉਂਦੇ ਵੀ ਨੇ, ਨਹਾਉਂਦੇ, ਅਤੇ ਪਾਣੀ ਖਾਰਾ ਹੁੰਦਾ, ਐਂਟੀ ਜਿਹੜਾ ਜਰਮਸ ਵੀ ਹੈ ਇਹਦੇ ਵਿੱਚ ਕੁਆਲਿਟੀ ਹੈ ਜੀ ਜੀ, ਅਗਰ ਤੁਹਾਨੂੰ ਕੋਈ ਕਿਸੇ ਨਾ ਕਿਸਮ ਦੀ ਛੋਟੀ ਮੋਟੀ ਜਲਦੀ ਬਿਮਾਰੀ ਹੈ ਤਾਂ ਇੱਥੋਂ ਠੀਕ ਵੀ ਹੋ ਸਕਦੀ ਹੈ। ਅੱਛਾ, ਯਾਨੀ ਇੱਥੇ ਬਾਬੇ ਸ਼ਾਬੇ ਦਾ ਦਮ ਨਹੀਂ, ਲੇਕਿਨ ਕੁਦਰਤੀ ਤੌਰ ਤੇ ਖਾਰਾ ਹੈ, ਖਾਰਾ ਹੈ, ਤੇ ਉਸ ਖਾਰੇ ਪਾਣ ਦੀ ਵਜ੍ਹਾ ਤੋਂ ਕੁਝ ਜਲਦੀ ਬਿਮਾਰੀਆਂ ਜਿਹੜੀਆਂ ਦੂਰ ਵੀ ਹੋ ਜਾਂਦੀਆਂ, ਦੂਰ ਵੀ ਹੋ ਜਾਂਦੀਆਂ। ਦੂਸਰੀ ਚੀਜ਼ ਇਹ ਕਿ ਤਾਜ਼ਾ ਹਵਾ ਹੈ ਜੀ ਜੀ, ਸਮੁੰਦਰ ਦੀਆਂ ਲਹਿਰਾਂ ਹਵਾ ਹੀ ਪੈਦਾ ਕਰਦੀ ਹੈ, ਉਹਦੇ ਇਰਤਿਆਸ਼ ਨਾਲ ਹੀ ਇਹ ਸਾਰਾ ਕੁਝ ਹੁੰਦਾ ਜੀ ਜੀ, ਤੇ ਜਿਸ ਵੇਲੇ ਹਵਾ ਇੱਥੇ ਸਾਰੇ ਸਮੁੰਦਰ ਤੇ ਲੱਗਦੀ ਹੈ ਤੇ ਉਹ ਬੜੀ ਖੁਸ਼ਗਵਾਰ ਮਹਿਸੂਸ ਹੁੰਦੀ ਹੈ। ਇਸ ਵਾਸਤੇ ਲੋਕ ਇੱਥੇ ਆ ਕੇ ਨਹਾਉਂਦੇ ਵੀ ਨੇ, ਦਿਨ ਨੂੰ ਵੀ ਰਾਤ ਨੂੰ ਵੀ, ਤੇ ਇੰਜੋਏ ਕਰਦੇ ਨੇ ਆਬੋ ਹਵਾ ਨੂੰ। ਬਿਲਕੁਲ ਸਹੀ ਕਹਿ ਰਹੇ, ਆਪ ਵੀ ਮੌਜੂਦ ਤੇ ਹਵਾ ਵੀ ਮੌਜੂਦ ਹੈ, ਇਹ ਹੀ ਆਬੋ ਹਵਾ ਹੁੰਦੀ। ਤੇ ਕੁਦਰਤ ਦੀ ਮੈਂ ਉਹੀ, ਤੁਸੀਂ ਜਿਹੜੀ ਗੱਲ ਕੀਤੀ ਕਿ ਕੁਦਰਤ ਦਾ ਸ਼ਾਹਕਾਰ, ਮੈਂ ਮਤਲਬ ਕਿ ਮੇਰੀ ਇਤਨੀ ਉਮਰ ਹੋ ਗਈ ਹੈ, ਮੈਂ ਆਪਣੀ ਜ਼ਿੰਦਗੀ 'ਚ ਮੌਸਮ ਸਾਹਿਬ ਐਡਾ ਨੇੜੇ ਚੰਨ ਔਰ ਐਡਾ ਕਲੀਅਰ ਨਹੀਂ ਵੇਖਿਆ। ਅੱਛਾ ਵੇਖੋ, ਇਹ ਕੁਦਰਤੀ ਗੱਲ ਹੈ ਕਿ ਜਦੋਂ ਵੀ ਤੁਸੀਂ ਹੁਣ ਵੇਖੋ, ਸਾਹਮਣੇ ਨਾ ਕੋਈ ਬਿਲਡਿੰਗ ਹੈ, ਨਾ ਕੋਈ ਆਲੂਦਗੀ ਹੈ, ਸਮੁੰਦਰ ਹੀ ਸਮੁੰਦਰ ਹੈ ਜੀ ਜੀ, ਜਿੰਨਾ ਸਾਫ਼ ਔਰ ਸ਼ਫਾਫ ਕਿਸਮ ਦਾ ਇਨਵਾਇਰਮੈਂਟ ਹੋਵੇਗਾ, ਉਨੇ ਚਾਂਦ ਔਰ ਸਿਤਾਰੇ ਵਾਜ਼ੇ ਨਜ਼ਰ ਆਉਣਗੇ, ਵਾਜ਼ੇ ਨਜ਼ਰ। ਇਹਦਾ ਮਤਲਬ ਇਹ ਹੈ ਕਿ ਇੰਤਹਾਈ ਸ਼ਫਾਫ ਹੈ ਫਜ਼ਾ, ਜਿਹਦੇ ਵਿੱਚ ਤੁਸੀਂ ਇਸ ਚੰਨ ਨੂੰ ਇੰਤਹਾਈ ਕਲੀਅਰ ਦੇਖ ਪਾ ਰਹੇ ਹੋ।
ਦੇਖ ਪਾ ਰਹੇ ਹਾਂ ਤੇ ਸਰ ਇਹ ਬੜਾ ਸੈਟੇਲਾਈਟ ਦਾ ਮੈਂ ਇੰਤਜ਼ਾਮ ਵੇਖਿਆ ਕਿਸ਼ਤੀਆਂ ਦੇ ਉੱਤੇ ਜਿਹੜੇ ਇਹਨਾਂ ਨੇ ਟਾਵਰ ਵਗੈਰਾ ਲਗਾਏ ਹੋਏ ਨੇ ਉਹ ਕਿਸ ਚੀਜ਼ ਦੇ ਸਿਗਨਲ ਦੇ ਰਹੇ ਨੇ ਉਹ ਵਿਕਰਮ ਸਾਹਿਬ ਇੱਕ ਤੇ ਚੀਜ਼ ਇਹ ਵੇਖ ਕੇ ਇਹ ਜਿਹੜੇ ਸਪੈਨਿਸ਼ ਨੇ ਨਾ ਤੇ ਪੁਰਤਗਾਲੀ ਇਹ ਸਮੁੰਦਰੀ ਫਤੂਹਾਤ ਇਹਨਾਂ ਦੇ ਜ਼ਿੰਮੇ ਬਹੁਤ ਨੇ ਅਤੇ ਉਹ ਲੋਕ ਨੇ ਜਿਹੜੇ ਕਲੋਨੀਆਂ ਬਣਾਉਣ ਵਾਸਤੇ ਸਮੁੰਦਰੀ ਰਸਤਿਆਂ ਨੂੰ ਪਹਿਲਾਂ ਨਿਕਲੇ ਸਭ ਤੋਂ ਅੱਛਾ ਜੀ ਇਹਨਾਂ ਹੀ ਉਹ ਅਮਰੀਕਾ ਦਰਿਆਫਤ ਕੀਤਾ ਅਤੇ ਪੁਰਤਗਾਲੀ ਜਿਹੜੇ ਨੇ ਉਹ ਇੰਡੀਆ ਤੱਕ ਸਭ ਤੋਂ ਪਹਿਲੇ ਗਏ ਨੇ ਉਹਨਾਂ ਤੋਂ ਪਹਿਲੇ ਸ਼ਾਇਦ ਹਾਲੈਂਡ ਵਾਲੇ ਗਏ ਹੋਣ ਲੇਕਿਨ ਇਹਨਾਂ ਅੱਛੀਆਂ ਫਤੂਹਾਤ ਕੀਤੀਆਂ ਅੱਛੀਆਂ ਕਲੋਨੀਆਂ ਬਣਾਈਆਂ ਨੇ ਦੂਸਰੇ ਮੁਲਕਾਂ 'ਚ ਜਾ ਕੇ ਠੀਕ ਹੈ ਲਿਹਾਜ਼ਾ ਇਹਨਾਂ ਨੂੰ ਜਿਹੜਾ ਸਮਾਨ ਚਾਹੀਦਾ ਹੁੰਦਾ ਸੀ ਜਾਂ ਜਿਹੜੀ ਮਸ਼ੀਨਰੀ ਚਾਹੀਦੀ ਸੀ ਔਰ ਸਿਤਾਰਿਆਂ ਦਾ ਇਲਮ ਸਮੁੰਦਰੀ ਰਸਤੇ ਤਲਾਸ਼ ਕਰਨੇ ਵਾਹ ਵਾਹ ਉਹਦੇ ਵਿੱਚ ਮਾਹਿਰ ਸਨ ਬਿਲਕੁਲ ਇਸ ਇਲਮ ਦੇ ਇਹ ਮਾਸਟਰ ਨੇ ਅੱਛਾ ਸਮੁੰਦਰ ਦੇ ਵਿੱਚ ਜਾ ਕੇ ਤੇ ਕਿਸ ਤਰ੍ਹਾਂ ਰਸਤੇ ਮਾਲੂਮ ਕਰਨੇ ਨੇ ਕਿਹੜੇ ਸਿਤਾਰੇ ਨੂੰ ਵੇਖ ਕੇ ਕਿਸ ਟਾਈਮ ਸਾਇਆ ਦੇਖਣਾ ਕਿ ਇਹ ਰਸਤਾ ਕਿਸ ਮੁਲਕ ਨੂੰ ਜਾ ਰਿਹਾ ਜਾਂ ਕਿਸ ਕੀ ਟਾਈਮ ਹੋ ਗਿਆ ਸਿਤਾਰਿਆਂ ਨੂੰ ਵੇਖ ਕੇ ਇਸ ਇਲਮ ਦੇ ਜਿਹੜੇ ਨੇ ਨਾ ਇਹਦੇ ਵਿੱਚ ਮਾਹਿਰ ਸਨ ਇਹ ਲਿਹਾਜ਼ਾ ਉਸ ਵਕਤ ਤੋਂ ਲੈ ਕੇ ਹੁਣ ਤੱਕ ਇਹ ਅੱਗੋਂ ਫਿਰ ਪ੍ਰੋਗਰਾਮ ਜਿਹੜੇ ਨੇ ਇਹ ਜਿਹੜੀਆਂ ਚੀਜ਼ਾਂ ਨੇ ਡਿਵੈਲਪ ਹੁੰਦੀਆਂ ਗਈਆਂ ਨੇ ਫਿਰ ਕੰਪਿਊਟਰਸ ਆ ਗਏ ਤੇ ਹੁਣ ਹਰ ਛੋਟੀ ਛੋਟੀ ਕਿਸ਼ਤੀ ਜਿਹੜੀ ਸਮੁੰਦਰ ਵਿੱਚ ਜਾਂਦੀ ਉਹਦੇ ਵਿੱਚ ਨੈਵੀਗੇਸ਼ਨ ਦਾ ਸਿਸਟਮ ਮੌਜੂਦ ਹੈ ਮੌਜੂਦ ਉਹ ਉਹਨਾਂ ਨੂੰ ਦੱਸ ਰਿਹਾ ਕਿ ਤੁਸੀਂ ਸਾਇਲੇ ਸਮੁੰਦਰ ਤੋਂ ਕਿੰਨੇ ਦੂਰ ਹੋ ਹੁਣ ਤੁਸੀਂ ਕਿਹੜੇ ਮੁਲਕ ਦੇ ਨਜ਼ਦੀਕ ਪਹੁੰਚ ਗਏ ਹੋ ਕਿਹੜੇ ਸ਼ਹਿਰ ਦੇ ਨਜ਼ਦੀਕ ਪਹੁੰਚ ਗਏ ਹੋ ਲਿਹਾਜ਼ਾ ਹੁਣ ਸੈਟੇਲਾਈਟ ਤੇ ਮਤਲਬ ਕਨੈਕਟਡ ਹੈ ਸਾਡੇ ਮੋਬਾਈਲਸ ਨਾਲ ਜੀ ਤੇ ਇਸ ਵਾਸਤੇ ਜਦੀਦ ਤਰੀਨ ਨਿਜ਼ਾਮ ਹੈ ਨੈਵੀਗੇਸ਼ਨ ਦਾ ਸਮੁੰਦਰ ਦੇ ਵਿੱਚ ਤੇ ਸਰ ਇਹ ਹੋਟਲਿੰਗ ਔਰ ਹਰ ਜਗ੍ਹਾ ਤੇ ਟੂਰਿਸਟ ਬਹੁਤ ਆਇਆ ਹੈ ਮਤਲਬ ਜਿੰਨੀਆਂ ਵੀ ਅਸੀਂ ਵੀਡੀਓਜ਼ ਵਾਈਆਂ ਨੇ ਆਪਣੇ ਨਾਜ਼ਰੀਨ ਨੂੰ ਲੇਕਿਨ ਇੱਥੇ ਦੇਖੋ ਨਾ ਮਤਲਬ ਇੱਕ ਕਿਨਾਰਾ ਹੈ ਔਰ ਇਤਨਾ ਲੁਤਫ ਆ ਰਿਹਾ ਔਰ ਇਤਨਾ ਖੂਬਸੂਰਤ ਮਾਹੌਲ ਹੈ ਜੀ ਤੇ ਰਾਣਾ ਸਾਹਿਬ ਇਨਸਾਨ ਦੀ ਹਮੇਸ਼ਾ ਫਿਰਨੇ ਟੁਰਨੇ ਦੀ ਜੀ ਸੈਰੋ ਤਫਰੀ ਦੀ ਖਾਹਿਸ਼ ਰਹੀ ਔਰ ਉਸ ਤੋਂ ਵੱਡੀ ਖਾਹਿਸ਼ ਵੀ ਉਹਦੀ ਭੁੱਖ ਹੈ ਤੇ ਜਦੋਂ ਕੋਈ ਚੀਜ਼ ਇੰਜੋਏ ਕਰਦਾ ਹੈ ਨਾ ਜੀ ਜੀ ਤੇ ਉਹਨੂੰ ਭੁੱਖ ਵੀ ਮਹਿਸੂਸ ਹੁੰਦੀ ਹੈ ਜਿਸ ਵੇਲੇ ਇਤਨੇ ਖੂਬਸੂਰਤ ਨਜ਼ਾਰੇ ਵੇਖਦਾ ਇਹ ਹੋਟਲ ਰੈਸਟੋਰੈਂਟਸ ਇਸੇ ਚੀਜ਼ ਦਾ ਹੱਲ ਹੈ ਕਿ ਇੱਥੇ ਇਨਸਾਨ ਨਾ ਨੂੰ ਕਿ ਜਿਸਵੇਲੇ ਥੱਕਦਾ ਇੰਜੋਏ ਕਰਕੇ ਤੇ ਉਹਨੂੰ ਕੋਈ ਤਲਬ ਹੁੰਦੀ ਹੈ ਖਾਣੇ ਦੀ ਜਾਂ ਪੀਣੇ ਦੀ ਤੇ ਨਾਲ ਹੀ ਰੈਸਟੋਰੈਂਟਸ ਨੇ ਇੱਥੇ ਆ ਕੇ ਉਹ ਆਪਣੀ ਇਸ ਤਲਬ ਨੂੰ ਵੀ ਪੂਰਾ ਕਰਦਾ ਹੈ ਜਿਹੜੀ ਅੱਲਾਹ ਪਾਕ ਨੇ ਉਹਦੇ ਅੰਦਰ ਹਮੇਸ਼ਾ ਵਾਸ ਰੱਖ ਦਿੱਤੀ ਤੇ ਨਾਲ ਹੀ ਰਿਹਾਇਸ਼ ਦਾ ਹੋਟਲਸ ਦੇ ਵੀ ਮੌਜੂਦ ਨੇ ਜਿਸ ਹੋਟਲ ਲੋਕਾਂ ਨੇ ਬੁੱਕ ਕਰਾਏ ਨੇ ਟੂਰਿਸਟ ਆਏ ਨੇ ਉਹ ਇੰਜੋਏ ਕਰਦੇ ਨੇ ਖਾਣਾ ਖਾਂਦੇ ਨੇ ਫਿਰ ਆਪਣੇ ਹੋਟਲ 'ਤੇ ਚਲੇ ਜਾਂਦੇ ਤੇ ਸਾਰੀ ਰਾਤ ਇਹ ਰੌਣਕ ਇੱਥੇ ਚੱਲਦੀ ਰਹਿੰਦੀ ਵਾਹ ਜਾ ਤੇ ਬਹੁਤ ਮਿਹਰਬਾਨੀ ਜੀ ਮੁਸਤਫਾ ਸਾਹਿਬ ਜੀ ਬੜੀ ਖੂਬਸੂਰਤ ਤੁਸੀਂ ਮਾਲੂਮਾਤ ਦਿੱਤੀ ਹੈ ਸ਼ੁਕਰੀਆ ਤੇ ਨਾਜ਼ਰੀਨ ਅਗਲੀ ਨਵੀਂ ਵੀਡੀਓ ਦੇ ਨਾਲ ਤੁਹਾਡੀ ਖਿਦਮਤ 'ਚ ਅਸੀਂ ਹਾਜ਼ਰ ਹੁੰਦੇ ਹਾਂ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਮੌਸਮ ਬਾਸ ਅਤੇ ਮੈਨੂੰ ਇਜਾਜ਼ਤ ਦਿਓ ਅੱਲਾ ਦੀ ਗਿਬਾ ਅੱਲਾ ਹਾਫਿਜ਼